अस्सलाम वालेकुम वालेकुम सलाम वालेकुम सलाम के जी मोबाइल लगे ने आ तेरा बैठा तू थोड़ी इंतजार कर रहा सिर्फ मैं सोचा आई भी नहीं एरा पिछले कोई इतने महीने तो तू गायब थे बस बिल्कुल इस तरह मैं आई भी मायूस ही हो गया सिर्फ बस मैं हूं फिर कॉल करी देखो कुछ निके निके भी सड़े फोन ने उठना है तुसा फोन आपे रखया भी नहीं गल है कि ए नहीं फोन ही तो खैर बस रोजे भी से पीछे है उस तो बाद की बारिशां ते की जाना ए की सावन शुरू होया ना सावन तो यहां हुन शुरू हो सावन ही सावन जा ते बस के करिया जी बस की छोटियां मोटियां चीजा लगी नहीं रहनिया उनी सुमराज गची ना दा किना की उन्हें आदा अच्छा अच्छा अल्लाह से जे सियाने लोग की दस सुन ते फरुस ऊपर कियो की करने वारन उन सारा जड़ा था ना वेला ते उसने जड़े चीजा सिया ता ओ आई यइया फेल ता हुन तुसे ना साईसी दौर जा एस किसाना दौर जा है ते की सच है निके पड़ी पड़ी की दसने उने ਤਾਂ ਮੈਂ ਆਈ ਚਲੋ ਤੁਸੀਂ ਕੋਲ ਆਈ ਕਿ ਸਿਆਣੀਆਂ ਗੱਲਾਂ ਕੀ ਸਿਹਤ ਨੇ ਬਾਰੇ ਚੀਜ਼ ਦੱਸਿਆ ਦੇਖੋ ਜੀ ਗੱਲ ਇਹਦੀ ਕਿ ਸਿਹਤ ਨੇ ਬਾਰੇ ਚ ਤੁਸੀਂ ਕੀ ਦੱਸਣਾ ਸਾਡੀ ਸਿਹਤ ਤੂੰ ਸਾਡੇ ਸਾਹਮਣੇ ਦੀ ਤਾਂ ਗੱਲ ਇਹਦੀ ਕਿ ਸਿਹਤ ਨਾਲ ਜਿਹੜਾ ਆਸਾਨ ਕੰਮ ਦਾ ਹੋਏਗਾ ਕਿ ਆਪਣੀ ਸਿਹਤ ਨੂੰ ਖਿਆਲ ਰੱਖਣਾ ਚਾਹੀਦਾ ਖਾਣਿਆਂ ਪੀਣਿਆਂ ਕੋਈ ਗਲਤ ਚੀਜ਼ ਨਾ ਖਾਓ ਅੱਜ ਕੱਲ੍ਹ ਖਾਸ ਕਰੀ ਜਦੋਂ ਤੁਸੀਂ ਇਹ ਜਿਹੜਾ ਬਾਰਿਸ਼ਾਂ ਦਾ ਮੌਸਮ ਅੱਛੇ ਵਾਲਾ ਮੌਸਮੀਆਤ ਵਾਲਿਆਂ ਰਿਪੋਰਟ ਦੀ ਉਹਨਾਂ ਨੇ ਕਿ ਇਸ ਦਫ਼ਾ ਬਾਰਿਸ਼ਾਂ ਸ਼ਾਇਦ ਬਹੁਤ ਜ਼ਿਆਦਾ ਪੈਣ दो नंबर की दो नंबर लिया मैं दसिया चंगे दौर नी गल देखो ना गल साफ सुथरा खाओ ताज़ा खाओ अपने हाथों बनाई दे खाओ तो उसमें फायदा है फायदा तो अगर तुम कोशिश कर लो कि सारिया चीज़ा बनिया तुम खाओ फ्रिजा चा कढ़िया माल तो बस खा ला तो फिर तुम मेरे को ज्यादा बेहतर समझो तुम भी फ्रिज रखी हो ये सारिया फ्रिजा ये सारिया चीजा ये जड़ी टेक्नोलॉजी आई नहीं ना हाँ टेक्नोलॉजी टेक्नोलॉजी आई तो ऐसा भी ਉਹਨੇ ਮਸ਼ੀਨ ਨਾ ਹਿੱਸਾ ਬਣਾਈ ਹੈ ਅਸੀਂ ਮਸ਼ੀਨ ਬਣੀ ਆ ਮਸ਼ੀਨ ਨਾ ਕਿਆ ਨੇ ਪੁਰਜ਼ੇ ਬਣੀ ਆ ਪੁਰਜ਼ੇ ਬਣੀ ਆ ਬਿਜਲੀ ਦੀ ਚੱਲੇ ਆ ਅਸੀਂ ਉਹ ਉਸ ਵਜ੍ਹਾ ਨਾਲ ਸਾਡੇ ਜਿਹੜੇ ਜਜ਼ਬਾਤ ਸੇ ਨਾ ਠੀਕ 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 ਉਹ ਵੀ ਕੀ ਮਸ਼ੀਨ ਜੇ ਹੋਈ ਹੈ ਠੀਕ 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 ਇਹ ਕੀ ਵਜ੍ਹਾ ਜੀ ਮੈਂ ਇਹ ਗੱਲ ਦੱਸਾਂ ਦੇਖੋ ਇੱਕ ਤਾਂ ਅਸਲੀ ਤੁਸ ਮੈਂ ਹੁਣ ਯਾਦ ਹੀ ਨਹੀਂ ਕਿ ਕਿਤਨਾ ਸਾ ਪਹਿਲੇ ਤੁਸਾਂ ਨੇ ਮੁਲਾਕਾਤ ਹੋਈ ਅਸੀਂ ਬੜੀਆਂ ਮੁਸ਼ਕਲਾਂ ਨੇ ਤੁਸਾਂ ਕਨੇ ਰابطਾ ਵਾਤ ਹੈ ਤੁਸ ਆਏ ਹੋ ਇੱਕ ਤਾਂ ਮੈਂ ਸੁਣ ਯੋ ਇੱਕ ਬੜਾ ਮਤਲਬ ਸਾਡੇ ਜਿਹੜੇ ਨਾਜ਼ਰੀਨ ਹੈ ਉਹਨਾਂ ਦਾ ਬੜਾ ਅਫਸੋਸ ਆ ਇਸ ਗੱਲਾਂ ਨੂੰ ਉਮੀਦ ਹੈ ਕਿ ਅੱਲਾਹ ਤਾਲਾ ਤੁਸੀਂ ਸਿਹਤ ਦਿਆ ਹੁਣ ਤੁਸੀਂ ਥੋੜ੍ਹੇ ਠੀਕ ਲੱਗਦੇ ਹੋ ਕਮਜ਼ੋਰ ਤਾਂ ਹੋਈ ਹੋ ਲੇਕਿਨ ਠੀਕ ਹੋ ਬਸ ਦੁਆ ਕਰਿਆ ਤਾਂ ਮੈਂ ਵੀ ਮਾਜ਼ਰਤ ਚਾਹੁੰਦਾ ਕੋਈ ਮੁਲਾਕਾਤ ਨਹੀਂ ਹੋਈ ਕੋਈ ਜਾਣਾ ਆਇਆ ਨਾ ਸ ਤੇ ਕਿ ਕਾਫੀ ਜਾਣਾ ਟਾਈਮ ਗੁਜ਼ਰੀਆ ਹੈ ਠੀਕ ਠੀਕ ਤੇ ਤੁਸੀਂ ਵੀ ਨਾਰਾਜ਼ ਹੋਨੇ ਸਿਆ ਤਾਂ ਮੈਂ ਹਾਂ ਅੱਛਾ ਆਈ ਤਾਂ ਬਸ ਅਸਲੀ ਮਾੜੀ ਆਪਣੀ ਕੋਈ ਨਾਰਾਜ਼ਗੀ ਨਹੀਂ ਨਾਰਾਜ਼ਗੀ ਅਸਲੀ ਚੀਨਾ ਲੋਕਾਂ ਨਹੀਂ ਦੀ ਜਿਹੜੇ ਬੈਠੇ ਇੰਤਜ਼ਾਰ ਕਰ ਰਹੇ ਹੋਣੇ ਕਿ ਚਾਚਾ ਔਰ ਅੱਲੇ ਸੁਣੀਆਂ ਸੁਣੀਆਂ ਗੱਲਾਂ ਕਰ ਲਏ ਕੋਈ ਹੱਸਾ ਲੈ ਦੇਖੋ ਹਰ ਬੰਦਾ ਪਰੇਸ਼ਾਨ ਦਾ ਹਾਂ ਸਟੋਰੀ ਚ ਹਰ ਬੰਦਾ ਕਿਸੇ ਨਾ ਕਿਸੇ ਮੁਸ਼ਕਲ ਨਾਲ ਸ਼ਿਕਾਰ ਦਾ ਹਰ ਬੰਦੇ ਦਾ ਕੋਈ ਨਾ ਕੋਈ ਟੈਨਸ਼ਨ ਦੀ ਬਿਲਕੁਲ ਲੇਕਿਨ ਉਹ ਥੋੜੀ ਦੇਰ ਚ ਉਹਨਾਂ ਆ ਰਹਾ ਕਿ ਕੁਝ ਟਾਈਮ ਵਾਸਤੇ ਉਹ ਥੋੜਾ ਰਿਲੈਕਸ ਹੋਈ ਅੱਛਾ ਹੈ ਕੁਝ ਟਾਈਮ ਥੋੜਾ ਐਸੀ ਖੇੜੀ ਉਸ ਨਾਲ ਨਿਜ਼ਾਮ ਚਲੀ ਅੱਛਾ ਹੈ ਕੁਝ ਟਾਈਮ ਉਹ ਪੁਰਾਣੀਆਂ ਸੱਚੇ ਵਕਤਾਂ ਦੀਆਂ ਗੱਲਾਂ ਯਾਦ ਕਰੀ ਖਾਸ ਕਰੀ ਜਿਹੜੇ ਸਾਡੇ ਪੁਰਾਣੇ ਲੋਕ ਦੇ ਬੁੱਢੇ ਲੋਕ ਦੇ ਬੁੱਢੀਆਂ ਜਿਹੜੀਆਂ ਸਾਡੀਆਂ ਮਾਵਰੀ ਪੈਰੀ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੇ ਲੋਕ ਪੁਰਾਣੇ ਵਕਤ ਤੱਕ ਸਮਝਦੇ ਸੀ ਕਿ ਸਾਡਾ ਵਕਤ ਬਹੁਤ ਅੱਛਾ ਦਾ ਦੇਖੋ ਵਕਤ ਜਿਤਨੇ ਜਿਹੜੇ ਵੀ ਦੇ ਚਾਚਾ ਮੈਂ ਸਮਝਦਾ ਕਿ ਉਸੇ ਆਨੇ ਹੋ ਕਿ ਸਾਡਾ ਵਕਤ ਅੱਛਾ ਦਾ ਉਸ ਤੋਂ ਬਾਅਦ ਅੱਛੀ ਵਾਲੀ ਨਸਲ ਆ ਹਲਕੇ ਸਾਡਾ ਵਕਤ ਅੱਛਾ ਦਾ ਔਰ ਉਹ ਸਾਡੇ ਟਾਈਮ ਕਾ ਜ਼ਾਰ ਹੈ ਕਿਸੇ ਹੋਰ ਲਫਜ਼ਾਂ 'ਚ ਯਾਦ ਕਰਲ ਉਸ ਆਪਣੇ ਥੂ ਜਿਹੜੇ ਪਿਛਲਾ ਵਕਤ ਦਾ ਉਸਕਾ ਕਿਸੇ ਹੋਰ ਲਫਜ਼ਾਂ 'ਚ ਯਾਦ ਕਰਿਓ ਲੇਕਿਨ ਕੁਛ ਚੀਜ਼ਾਂ ਫੈਕਟ ਹੋਣੀਆਂ ਹਕੀਕਤ ਹੋਣੀਆਂ ਅਬ ਅਗਰ ਥੋੜ੍ਹਾ ਜਿਹਾ ਪਿਛਲੇ ਵਕਤਾਂ ਦੀ ਗੱਲ ਕਰੋ ਤੂੰ ਸਾਡੇ ਜਿਹੜਾ ਦੌਰ ਸਾਥ ਸੁਣੋ ਜਿਹੜਾ ਬਚਪਨ ਸਾਥ ਸੁਣੀ ਜਿਹੜੀ ਜਵਾਨੀ ਸੀ ਉਸ ਸਟੋਰੀ 'ਚ ਕੁਛ ਚੀਜ਼ਾਂ ਥੋੜ੍ਹੀਆਂ ਸੱਚੀਆਂ ਸੀਆਂ ਹੁਣ ਵਕਤਨ ਫਵਕਤਨ ਤੁਸੀਂ ਆ ਸਕਦੇ ਹੋ ਕਿ ਬਨਾਵਟ ਜ਼ਿਆਦਾ ਅੱਛੀ ਹੈ ਗੱਲ ਇਹ ਆ ਨਾ ਜੀ ਕਿ ਖੁਸ਼ ਰਹਿਣਾ ਤਕਲੀਫਾਂ ਵਿੱਚ ਰਹਿਣਾ ਇਹ ਇਨਸਾਨ ਨੇ ਅੰਦਰ ਹੋਣਾ ਆ ਸਹੀ ਗੱਲ ਤੁਸੀਂ ਕਿਤਾਬ ਉਸ ਨੇ ਅੰਦਰ ਹੋਣਾ ਸਹੀ ਬਿਲਕੁਲ ਕਿਤਾਬੀ ਗੱਲਾਂ ਬਣਿਆ ਤਾਂ ਮੈਂ ਬਣਾ ਸਾ ਸਾਦੀਆਂ ਗੱਲਾਂ ਸਹੀ 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 ਇਹ ਤੁਸੀਂ ਕੋਲ ਦਾ ਕਿ ਤੁਸ ਜਿਹੜੀਆਂ ਤੁਸੀਂ ਦੀਆਂ ਖਾਹਿਸ਼ਾਂ ਜੀਆਂ ਉਹਨੇ ਪਿੱਛੇ ਦੌੜਿਆ ਤੇ ਤੁਸੀਂ ਕੋਲ ਮੌਜੂਦ ਜਿਹੜੀ ਚੀਜ਼ ਸੀ ਨਾ ਉਸਤੀ ਵੀ ਤੁਸ ਗਿਲਿਆ ਸਹੀ 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 ਯਾਨੀ ਦੇਖੋ ਬੜੀ ਚੰਗੀ ਗੱਲ ਸੋ ਕੀਤੀ ਕਿ ਕਮਲ ਤੁਮ ਜਿਹੜਾ ਕਿ ਤੁਸ ਕੋਲ ਥਿਆ
ਅੱਲਾਹ ਤਾਲਾ ਜਿਹੜਾ ਕਿ ਤੁਸੀਂ ਦਿੱਤਾ ਦਾ ਉਸਨੂੰ ਤਾਂ ਸ਼ੁਕਰ ਅਦਾ ਕਰੋ। ਬਿਲਕੁਲ 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 ਜਿਹੜਾ ਕਿ ਤੁਸੀਂ ਮਯਸਰ ਜਾ ਨਾ ਠੀਕ ਹੈ ਤੇ ਉਸਿਆ ਤੁਸ ਕਮਤਰ ਸਮਝੀ ਤੇ ਤੁਸੀਂ ਆਹਾ ਉਸ ਤੋਂ ਜ਼ਿਆਦਾ ਨਹੀਂ ਤਲਾਸ਼ ਜ਼ਿਆਦਾ ਨਹੀਂ ਤੇ ਜਿਹੜੀ ਤਲਾਸ਼ ਕਰੋ ਕੋਈ ਜੁਰਮ ਨਹੀਂ ਹੈ ਲੇਕਿਨ ਤਲਾਸ਼ ਨਹੀਂ ਗੱਲਾਂ ਪਰੇਸ਼ਾਨ ਨਾ ਹੋ ਤੇ ਖਾਹਿਸ਼ਾਂ ਘੱਟਤੀ ਘੱਟ ਰੱਖਣੀਆਂ ਚਾਹੀਦੀਆਂ ਆਪਣੇ ਆਪਣੇ ਕੰਟਰੋਲ ਵਿੱਚ ਆਪਣੇ ਨਫਸ ਉੱਪਰ ਕੰਟਰੋਲ ਕਰਨਾ ਚਾਹੀਦਾ ਦਾ ਤੇ ਖਾਹਿਸ਼ਾਂ ਕਦੇ ਨਹੀਂ ਉਹ ਸੁਣਿਆ ਨਾ ਆਇਆ ਨਾ ਕੁਛ ਹੱਸਿਆਂ ਨੇ ਆਖਿਆ ਸਾ ਕਿ ਜਾਂ ਜ਼ਰੂਰਤਾਂ ਫਕੀਰਨੀਆਂ ਵੀ ਪੂਰੀਆਂ ਹੋਈਆਂ ਨਹੀਂ ਠੀਕ ਹੈ ਤੇ ਖਾਹਿਸ਼ਾਂ ਬਾਦਸ਼ਾਹੀ ਨੇ ਵੀ ਨਹੀਂ ਪੂਰੀਆਂ ਬੜੀ ਬੜੀ ਗੱਲ ਹੈ ਬੜੀ ਗੱਲ ਤੇ ਤੁਸੀਂ ਇੱਕ ਦੇਖਣੇ ਕਰਾ ਅੱਜ ਨੇ ਦੌਰ 'ਚ ਤੁਸੀਂ ਆ ਨਿਸਿਆ ਕਿ ਲੋਕ ਬਹੁਤ ਪਰੇਸ਼ਾਨ ਜੇ ਪਰੇਸ਼ਾਨ ਜੇ ਲੋਕਾਂ ਹੱਸੇ ਨਹੀਂ ਕਿ ਗੱਲ ਲੱਭੀ ਅੱਛਾ ਹੈ ਕੋਈ ਦੋ ਘੜੀਆਂ ਭੁੱਲੇ ਨਹੀਂ ਗੱਲ ਲੱਭੀ ਅੱਛਾ ਹੈ ਇਹ ਵਾਕਈ ਗੱਲ ਮੈਂ ਵੀ ਦੇਖਣਾ ਨਾਸ ਅੱਜ ਨਾ ਨੌਜਵਾਨ ਕੀ ਅਫਰੋ ਤਫਰੀ ਨਾ ਸ਼ਿਕਾਰ ਦਾ ਸਹੀ ਸਹੀ ਤੇ ਗੱਲ ਇਹ ਹੈ ਕਿ ਦੌੜਾ ਸਹੀ ਤੁਸੀਂ ਦੌੜਨੇ ਚਾਹੀਦੀ ਸੀ ਲੇਕਿਨ ਤੁਸੀਂ ਇਹ ਦੇਖਾ ਕਿ ਤੁਸੀਂ ਦੌੜੇ ਵ਀ ਕਿਤਨੀਆਂ ਚੀਜ਼ਾਂ ਗਵਾਂ ਹੀ ਛੋੜਨੇ ਆ ਠੀਕ ਠੀਕ ਜਿਹੜੀਆਂ ਚੀਜ਼ਾਂ ਸਭ ਮੌਜੂਦ ਦੀਆਂ ਪਹਿਲੇ ਆਪਣੇ ਬਜ਼ੁਰਗਾਂ ਆਪਣੇ ਘਰਾਂ ਨੀਆਂ ਆਪਣੇ ਕਰੀਬ ਨੀਆਂ ਆਪਣੇ ਰਿਸ਼ਤੇ ਨੀਆਂ ਆਪਣੇ ਪੜੋਸ ਨੀਆਂ ਕਿਤਨੀਆਂ ਚੀਜ਼ਾਂ ਤੁਸੀਂ ਗਵਾਈ ਤਾਂ ਤੁਸੀਂ ਇੱਕ ਹੈ ਜੀ ਜਦੋਂ ਜਿਹਦੇ ਵਿੱਚ ਲੱਗੀਆਂ ਨੇ ਆ ਕਿ ਜਿਸ ਨਾਲ ਕੋਈ ਉਸ ਆਖਰ ਨਹੀਂ ਹੈ ਯਾਨੀ ਦੇਖਾ ਨਾ ਤੁਸੀਂ ਜਿਹੜਾ ਕਿ ਹਾਸਲ ਕਰਨੇ ਚਾਹੁੰਦੇ ਆ ਤੁਸੀਂ ਇਹ ਕਿ ਅੱਜ ਕੱਲ੍ਹ ਨੇ ਕਿਹਾ ਨੇ ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾਉਣੇ ਆ ਪਲਾਜ਼ੇ ਬਣਾਉਣੇ ਚਾਹੁੰਦੇ ਆ ਤੇ ਤੁਸੀਂ ਦੇਖਾ ਕਿ ਤੁਸੀਂ ਉਹਨੇ ਪਲਾਜ਼ਿਆਂ ਪਿੱਛੇ ਪਈ ਤਾਂ ਆਪਣਾ ਜਾਂ ਨਾ ਉਹ ਇੱਕ ਕੱਲ੍ਹ ਆ ਸ਼ੇਰ ਇੱਕ ਸਾ ਕਿ ਨਿਕਲੀ ਤਾਂ ਆਇਆ ਤੁਸ ਸ਼ਹਿਰਾਂ ਵਿੱਚ ਬੜੇ ਸੋਹਣੇ ਖਾਬ ਹੀ ਨਹੀਂ ਹੈ ਲੇਕਿਨ ਅੱਛੀ ਤਾਂ ਬੜੀਆਂ ਬੜੀਆਂ ਪਲਾਜ਼ਿਆਂ ਵਿੱਚ ਭੇਜੀ ਤਾਂ ਤੁਸੀਂ ਕਿ ਤਲਾਸ਼ ਕਰਨੇ ਆ ਆਪਣਾ ਗ੍ਰਾਂ ਤਲਾਸ਼ ਕਰਨੇ ਆ ਜਿਹਦੇ ਨਾਲ ਇਹ ਜੜ੍ਹਾਂ ਤੋਂ ਬਗੈਰ ਕੋਈ ਪੌਦਾ ਬਰਕਰਾਰ ਨਹੀਂ ਰਹਿਣਾ ਤੁਸੀਂ ਆਪਣੀਆਂ ਜੜ੍ਹਾਂ ਆਪਣੀਆਂ ਜਿਹੜੀ ਅਸਲ ਦਾ ਹੁਣ ਦੇਖਾ ਨਾ ਇਹ ਪਿਛਲੇ ਦਿਨਾਂ ਜੰਗ ਤੇ ਪੜੀ ਦੱਸਣਾ ਸਾ ਮਿੱਟੀਆਂ ਨੇ ਬਰਤਨ ਹੈ ਤਾਂ ਹੁਣ ਉਹ ਕੀ ਜਾ ਨਾ ਦਸਖਤੇ ਦੀ ਫਿਰੀ ਤਾਂ ਵਾਪਸ ਅੰਗੂਠੇ ਉੱਪਰ ਆਇਆ ਉੱਠੀਏ ਹੁਣ ਤੁਸੀਂ ਆ ਪੈਦਲ ਟੁਰਨੇ ਵਾਸਤੇ ਜ਼ਰੂਰੀ ਹੈ ਪਹਿਲਾਂ ਗੱਡੀਆਂ ਸਾ ਪੈਦਲ ਟੁਰ ਸਿਹਤ ਵਾਸਤੇ ਜ਼ਰੂਰੀ ਹੈ ਯਾਨੀ ਹਕੀਕਤ ਇਹ ਹੈ ਕਿ ਤੁਸੀਂ ਹੱਟੀ ਮੂੜੀ ਚੁਰੀ ਤਾਂ ਤੁਸੀਂ ਜਿਹੜੀ ਆਪਣੀ ਜਿਹੜੀ ਯਾਨੀ ਹੁਣ ਪੜ੍ਹਿਆ ਲਿਖਿਆ ਬੰਦਾ ਵੀ ਅੰਗੂਠਾ ਲਾਲ ਬਾਇਓਮੈਟ੍ਰਿਕ ਨਹੀਂ ਗੱਲ ਕਰੇ ਚਾਚਾ ਔਰ ਦੇਖੋ ਨਾ ਬੜੀ ਕਿਤਨੀ ਬੜੀ ਗੱਲ ਹੈ ਬਾਇਓਮੈਟ੍ਰਿਕ ਨਹੀਂ ਗੱਲ ਕਰੇ ਕਿ ਪਹਿਲੇ ਇਹ ਆਸਾ ਕਿ ਤੂੰ ਅੰਗੂਠਾ ਲਾਉਣਿਆ ਸੀ ਔਰ ਫਿਰ ਆਸਤਾ ਆਸਤਾ ਦਸਖਤਾਂ ਦਾ ਦੌਰ ਆਇਆ ਫਿਰ ਬਹੁਤ ਸਾਰਾ ਸਿਸਟਮ ਤੇ ਹੁਣ ਫਿਰ ਇੱਕ ਦੌਰ ਅੱਛੇ ਲਾ ਕੇ ਤੁਸੀਂ ਫਰ ਜੜਾ ਨਾ ਅੰਗੂਠਾ ਲਾ ਲਿਓ ਬਾਇਓਮੈਟ੍ਰਿਕ ਤੁਸੀਂ ਬੈਂਕਾਂ 'ਚ ਜੋ ਨਾਦਰਾਣੇ ਦਫ਼ਤਰ ਜੋ ਕਿਤੇ ਦੂਈ ਤਰੀ ਜਗ੍ਹਾ ਤੁਸੀਂ ਬਾਹਰ ਚੁੱਲਿਓ ਅੱਛਾ ਇਸੀ ਜੀ ਮੈਂ ਤੁਹਾਨੂੰ ਦੱਸਦਾ ਚਾਚਾ ਇੱਕ ਹੋਰ ਟੈਕਨੀਕਲ ਚੀਜ਼ ਅੱਛੇ ਵਾਲੀ ਸਾਇੰਸ ਨਹੀਂ ਤਰੱਕੀ ਨਹੀਂ ਤੁਸੀਂ ਗੱਲ ਕਰਿਓ ਇੱਕ ਐਸੀ ਮਤਲਬ ਹੈ ਇੱਕ ਐਸਾ ਦੌਰ ਵੀ ਅੱਛੇ ਵਾਲਾ ਕਿ ਅੰਗੂਠੇ ਨਹੀਂ ਜਾਂ ਆਈ ਸਕੈਨਰ ਜਿਸ ਕਾਰਨ ਹੈ ਤੁਸੀਂ ਸਿਰਫ ਅਸੀਂ ਦੇਖ ਲਿਓ ਤਾਂ ਕੈਮਰਾ ਤੁਹਾਡੀ ਅੱਖ ਜਿਹੜੀ ਨਾ ਤੁਸੀਂ ਅੱਖੀ ਨੇ ਫੋਟੋ ਉੱਪਰਾ ਜਾਂ ਤੁਸੀਂ ਸਿਰਫ ਦੇਖ ਲਿਓ ਤਾਂ ਉਹ ਚੀਜ਼ ਤੁਸੀਂ ਜਿਸ ਤਰ੍ਹਾਂ ਬਾਇਓਮੈਟ੍ਰਿਕ ਹੋਣੀ ਇਸ ਤਰ੍ਹਾਂ ਇੱਕ ਐਸਾ ਵੀ ਦੌਰ ਅੱਛੇ ਵਾਲਾ ਬਰ ਹਾਲੇ ਸਾਰਾ ਕੀ ਠੀਕ ਜਾ ਮੈਂ ਜਿਹੜੀ ਗੱਲ ਬਣਾ ਸੀ ਉਸਨੇ ਇਹ ਦਾ ਕਿ ਜਿਸ ਤਰ੍ਹਾਂ ਅੱਜ ਤੋਂ ਕੁਛ ਅਰਸਾ ਪਹਿਲਾਂ ਕੁੜੀਆਂ ਆਉਣੀਆਂ ਸੀਆਂ ਹੈ ਬੱਚਾ ਜਿਹੜਾ ਨਾ ਭੂਈਆਂ ਨਾ ਬੁਨਾ ਉਹ ਲੈ ਹੈ ਮਿੱਟੀ ਲੱਗਣੀ ਜਰਾਸੀਮ ਲੱਗਣੇ ਡਾਕਟਰ ਹੁਣੇ ਗੱਲ ਦੇਖੀ ਸੁਣੀ ਤਾਂ ਉਹਨੇ ਸਾਇੰਸ ਨਹੀਂ ਉਸ ਕਿਸੇ ਚਾਹ ਕਿ ਤੁਸੀਂ ਨਹੀਂ ਆਪਣੀ ਮਿੱਟੀਆਂ ਨਾਲ ਟੱਚ ਹੋਣਾ ਚਾਹੀਦਾ ਵਾ ਸਹੀ ਪੈਰ ਤੁਸੀਂ ਨਾ ਪੈਰ ਉਹ ਕੀ ਕਿਹਾ ਆਖਨੇ ਇੱਕ ਹੋਰ ਜਿਹੜੀ ਹੈ ਇਹ ਤੁਸੀਂ ਨਹੀਂ ਇਹ ਜਿਹੜੇ ਮੋਬਾਈਲ ਨੇ ਤਾਂ ਇਹਨਾਂ ਚੀਜ਼ਾਂ ਇਸਤੇਮਾਲ ਕੀਤੇ ਨਾਲ ਜਿਹੜੇ ਤੁਸੀਂ ਨੇ ਜਿਸਮੇ 'ਚ ਬਿੰਜਲੀਆਂ ਨਹੀਂ ਸਹੀ ਹੈ ਕਰੰਟ ਉਹ ਕਰੰਟ ਹੈ ਨਾ ਤਾਂ ਉਹ ਤੁਸੀਂ ਪੈਰ ਭੂਈਆਂ ਲਾ ਲਿਆ ਡਾਕਟਰ ਇੱਕ ਦੱਸਿਆ ਹੈ ਨੰਗਿਆਂ ਪੈਰੇ ਤੁਸੀਂ ਤੁਰਾ ਤੇ ਇਹ ਕੀ ਜੰਡਸ ਜਿਹੜਾ ਹੋਈ ਨਾ ਜਿਸ ਕਿਹਾ ਨੇ ਹੈਪੇਟਾਈਟਿਸ ਕੇ ਉਹ ਹੈ ਤੁਸੀਂ ਜਿਹੜੀ ਉਹਨੀ ਘਾਹ ਵਿੱਚ ਟੁਰ ਲਿਆ ਉਹ ਸਲੈਕ ਸੀ ਤੁਸੀਂ ਯਾਨੀ ਤੁਸੀਂ ਆਪਣੇ ਧਰਤੀ ਨਾਲ ਪਲਾਜ਼ਿਆਂ ਉੱਪਰ ਚੜ੍ਹੀ ਆ ਤੁਸੀਂ ਹੈ ਮਸ਼ੀਨਾਂ ਤੁਸੀਂ ਭੂਈਆਂ ਥੀ ਟੰਗੀ ਛੋੜਿਆ ਲੇਕਿਨ ਫਿਰ ਤੁਸੀਂ ਜ਼ਮੀਆਂ ਉੱਪਰ ਉੱਲਣਾ ਪਾ ਸੀ ਮਿੱਟੀਆਂ ਉੱਪਰ ਤੁਸੀਂ ਪੈਰ ਰੱਖਣਾ ਪਾ ਸੀ ਤੁਸ ਮੈਂ ਦੱਸਿਆ ਜਿਹੜੇ ਕਿਸਾਨ ਦੇ ਉਹ ਘੱਟ ਬਿਮਾਰ ਹੋਣੇ ਕਿ ਜਿਹੜੇ ਤੁਸੀਂ ਜੇ ਮਸ਼ੀਨਾਂ ਤਾਂ ਇਹ ਕੀ ਜ਼ਿਆਦਾ ਇਸਤੇਮਾਲ ਕਰਨੇ ਉਹ ਜ਼ਿਆਦਾ ਬਿਮਾਰ ਜਿਹੜੇ ਆਪਣੀਆਂ ਜ਼ਾਤੀ ਜਿਹੜੀਆਂ ਦੇਸੀ ਸਬਜ਼ੀਆਂ ਜਿਹੜੇ ਉਹ ਕੁੱਕੜ ਉਹ ਜਿਹੜੇ ਕੀ ਕਰਨੇ ਉਹ ਜ਼ਿਆਦਾ ਬਿਮਾਰ ਹੋਣੇ ਕਿ ਜਿਹੜੇ ਤੁਸੀਂ ਜਿਹੜਾ ਨਾ ਇਹ ਜਿਹੜੀਆਂ ਕੀ ਇਸਤੇਮਾਲ ਕਰਨੇ ਇਹ ਹੋਣੇ ਸਹੀ ਗੱਲ ਹੈ ਇਹ ਜਿਹੜੀ ਸਾਇੰਸ ਹੁਣ ਕਿਹਾ ਨਹੀਂ ਇਹ ਤੁਸੀਂ ਜੇ ਸਿਆਣੇ ਲੋਕ ਅਸੀਂ ਦੱਸਣ ਵਾਸਤੇ ਆਪਣੀਆਂ ਗੱਲਾਂ ਬਣਨੇ ਦੀਆਂ ਕਿ ਅਸਲ ਚੀਜ਼ਾਂ ਐਸੀਆਂ ਇਸ ਕੋਈ ਇਹ ਤੁਸੀਂ ਇਹ ਨਹੀਂ ਆਉਣੇ ਕਿ ਤਰੱਕੀ ਨਾ ਕਰਾ ਤਰੱਕੀ ਕਰਾ ਲੇਕਿਨ ਇਹ ਹੈ ਕਿ ਜਿਹੜੀ ਸਿਹਤ ਸੀ ਉਹ ਮਸ਼ੀਨਾਂ ਖਰਾਬ ਕਰੀ ਸਕਦੀ ਸਹੀ ਸਹੀ ਬਿਲਕੁਲ ਠੀਕ ਆਉਣੇ ਹੋ ਅੱਛਾ ਤੁਸੀਂ ਕਾਫੀ ਦਿਨਾਂ ਬਾਅਦ ਆਏ ਹੋ ਤਾਂ ਮੇਰੇ ਖਿਆਲ ਵਿੱਚ ਤੁਹਾਡੀ ਗੱਲਾਂ ਮੈਂ ਸਪੈਸ਼ਲ ਸੱਤੂ ਮੰਗਾਏ ਹਾਂ ਸੱਤੂ ਮੈਂ ਥੋੜ੍ਹੇ ਤੁਸੀਂ ਪੀਵਾਂ ਲਓ ਇਹ ਦੇਖਾ ਨਾ ਇਹ ਅੱਜ ਕੱਲ੍ਹ ਸਾਰਾ ਕੀ
ओकी पैकिंग भी चाची आ पैकिंग ही चाची आ सारा की पैकिंग ही चाची आ ता आईया चीजा फर गची मुड़ी तुड़ी ता हटिया ने ओकी सत्तू भी पैक लब ना की और क्या ने इस तरह नहीं जिया ए सेहत वास्ते ए जड़ियां खालस चीजा दिया सही है ए खालस चीजा इस्तेमाल करा की गर्मी दी आजकल सत्तू बहुत जरूरी दा और सत्तू नाल जड़ा ना ए जड़ा ना इंसान ने प्यास ना और जड़ी गर्मी होनी जी जंडस होना दा स्वास्थ्य बहुत अच्छा ना अच्छा तुसा सत्तू पीवाई ने ता नाज़रीन थोड़ा करे वक्फा ता वक्फे तो बाद गल करे चाचे और ने और मजीद गुफ्तगू भी होल इंशाल्लाह एक बढ़िया कमनिया गल्ला होली शुक्रिया जी ਕਿਹ ਜਿਹਾ ਲੱਗੇ ਫਿਰ ਸਤੂ ਪਸੰਦ ਆਇਆ ਖਾਣਾ ਤੁਸੀਂ ਆਪ ਹੀ ਮਹਿਸੂਸ ਕੀਤਾ ਠੰਡਕ ਹੀ ਹੋਈ ਕਿ ਨਹੀਂ ਅਜੀਬ ਜਿਹਾ ਲੱਗਣਾ ਜ਼ਾਇਕਾ ਕੀ ਥੋੜਾ ਨਹੀਂ ਉਹ ਫਿਰ ਤੁਸੀਂ ਜਿਹੜੇ ਹੁਣ ਅੱਜ ਕੱਲ ਆਣਾ ਉਹ ਜਿਹੜੇ ਪੁੜੀਆਂ ਵਿੱਚ ਤੇਰਾ ਜ਼ਾਇਕੇ ਆਈ ਉੱਠੀ ਤੁਸੀਂ ਅਸਲੀ ਜ਼ਾਇਕੇ ਕੌਣ ਚੰਗਾ ਮਜ਼ੇ ਨਹੀਂ ਗੱਲ ਦੱਸਾਂ ਦੱਸਾਂ ਮੈਂ ਬੜਾ ਸ਼ੌਕੀਨ ਹੁਣ ਆਸੇ ਮੈਂ ਕੁਦਾ ਕਿ ਕੋਲਡ ਡਰਿੰਕ ਹੀ ਲੱਭਾਂ ਇਹਨਾਂ ਦਾ ਬੜਾ ਪੀਆਂ ਮੈਂ ਅੱਛਾ ਮੈਂ ਪਿੱਛੇ ਇੱਕ ਰਿਪੋਰਟ ਪੜ੍ਹੀ ਜੀ ਮੈਂ ਬੜਾ ਪਰੇਸ਼ਾਨ ਹੋਇਆ ਸੀ ਚਾਚਾ ਉਹ ਰਿਪੋਰਟ ਕੋਲਡ ਡਰਿੰਕ ਇਹ ਜਿਹੜੀਆਂ ਬੋਤਲਾਂ ਬੋਤਲਾਂ ਜੇ ਠੱਡੀਆਂ ਅੱਛਾ ਹਾਂ ਹਾਂ ਪੀਆ ਪੀਆ ਹੋਰ ਪੀਆ ਤੁਸੀਂ ਨਹੀਂ ਉਹ ਮੈਂ ਤੁਸਾਂ ਦੱਸਾਂ ਮੈਂ ਰਿਪੋਰਟ ਇੱਕ ਪੜ੍ਹੀ ਕਿ ਜਿਹੜੀ ਛੋਟੀ ਬੋਤਲ ਤੁਸੀਂ ਪੀਨੇ ਹੋ ਨਾ ਇਸ ਇੱਕ ਬੋਤਲਾਂ ਨੇ ਪੀਤੇ ਕਹਿੰਦੇ ਤੁਸੀਂ ਸਮਝੋ ਕਿ ਤੁਸਾਂ 10 ਚਮਚ ਚੀਨੀ ਖਾਲੀ ਇੱਕ ਬੋਤਲ ਜਿਹੜੀ ਉਹ 10 ਚਮਚ ਚੀਨੀ ਨੇ ਬਰਾਬਰ ਮਿੱਠਾ ਜਾਂ ਸ਼ੂਗਰ ਤੁਸਾਂ ਨੇ ਜਿਸਮ ਵਿੱਚ ਦਾਖਲ ਕਰੀ ਛੋੜਨੀ ਔਰ ਇਹ ਜਿਹੜੀ ਸ਼ੂਗਰ ਅਤੇ ਮੁਖਤਲਿਫ ਬਿਮਾਰੀਆਂ ਦੀਆਂ ਮੈਂ ਸੋਚਿਆ ਕਿ ਫਰਜ਼ ਕਰੋ ਸਿਰਫ ਜਿਹੜੇ ਲੋਕ ਗਰਮੀ 'ਚ ਇੱਕ ਇੱਕ ਦੋ ਦੋ ਬੋਤਲਾਂ ਪੀਣੇ ਤੁਸੀਂ 10 ਚਮਚ ਚੀਨੀ ਨੇ ਖਾਈ ਦੇਖੋ ਨਾ ਕਿ ਉਸ ਨਾਲ ਕੀ ਫਰਕ ਪਾਉਣਾ ਔਰ ਉਸ ਕਹਿੰਦੇ ਜਿਹੜੀ ਇਸ ਮਜ਼ੀਦ ਵੀ ਐਸਿਡ ਔਰ ਕੈਫੀਨ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਹੋਣੀਆਂ ਜਿਹੜੀ ਤੁਸੀਂ ਜਿਸਮ ਨੇ ਬਹੁਤ ਸਾਰੀਆਂ ਚੀਜ਼ਾਂ ਆ ਬੁਰੀ ਤਰ੍ਹਾਂ ਮੁਤਾਸਰ ਕਰੀਆਂ ਤਾਂ ਇਹ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਯਕੀਨਨ ਮੈਂ ਉਸਨੇ ਮੁਕਾਬਲੇ 'ਚ ਕਹਿੰਦਾ ਤੁਸੀਂ ਸੱਤੂ ਪੀ ਲਿਓ ਜਾਂ ਇਸ ਤਰ੍ਹਾਂ ਦੇ ਦੇਸੀ ਕੋਈ ਜਿਹੜੇ ਸ਼ਰਬਤ ਦੇ ਆਲੂ ਬਹਾਰੇ ਨਾਲ ਸ਼ਰਬਤ ਹੋਈ ਆ ਕੋਈ ਹੋਰ ਕਿਸੇ ਚੀਜ਼ ਨਾਲ ਸ਼ਰਬਤ ਹੋਈ ਆ ਬੜਾ ਫਾਇਦਾ ਹੋਣਾ ਇਹ ਆਲੂ ਬੁਖਾਰੇ ਉੱਪਰ ਯਾਦ ਆਇਆ ਕਿ ਬਾਰਿਸ਼ੀ ਬਦਲਣ ਨੇ ਜਿਹੜੇ ਫਰੂਟਸ ਹੈ ਨਾ ਤੇ ਭੂਈਆਂ ਚੜੇ ਨੇ ਨਹੀਂ ਖਾਣੇ ਚਾਹੀਦੇ ਇੰਨਾ ਸਾਫ਼ ਸੁਥਰਾ ਕਰੀ ਦੇਖਿਆ ਤਾਂ ਇਹ ਵੀ ਇੱਕ ਵਾਕਈ ਬੜੀ ਖਾਸ ਹੋ ਗਈ ਜੀ ਇਸ ਤਰ੍ਹਾਂ ਅੱਲਾ ਨੂੰ ਬੜਾ ਕਰਮ ਰਿਹਾ ਕਿਉਂਕਿ ਬਹੁਤ ਅਰਸੇ ਬਾਅਦ ਸਾਡੇ ਅਲੱਗੇ ਫਰੂਟ ਵਾਪਸ ਕਾਫੀ ਅਰਸੇ ਬਾਅਦ ਹੋਈਆਂ ਫਰੂਟ ਹਰ ਤਰ੍ਹਾਂ ਨਾਲ ਲੇਕਿਨ ਇਹਦਾ ਕਿ ਇਸਕਾ ਸਾਫ਼ ਕਰੀ ਠੀਕ ਠਾਕ ਧੋਈ ਦੂਸਰੀ ਤਰਫ ਇਹਦਾ ਕਿ ਜਿਹੜੇ ਬਾਜ਼ਾਰਾ ਵੀ ਤੁਸੀਂ ਸਾਫ਼ ਸੁਥਰੇ ਦਿਸਨੇ ਦੇ ਹੋਣੇ ਨਹੀਂ ਠੀਕ ਠੀਕ ਇਹਨੇ ਆ ਵੀ ਸੁਣਿਆ ਰੰਗ ਕੀਤਾ ਨਾ ਦਾ ਬਿਲਕੁਲ ਸਾਫ਼ ਕਰਨ ਚਾਹੀਦੀ ਹੈ ਸਹੀ ਤੇ ਜਿਹੜੀ ਰੰਗ ਕੀਤਾ ਦੀ ਨਹੀਂ ਹੋ ਰੰਗ ਕੀਤਾ ਨਾ ਉਹਨਾਂ ਨੇ ਜੀ ਅੱਛਾ ਇਹ ਕੀ ਪਰ ਦੇਖਨੇ ਹੋਣੇ ਆ ਵੀਡੀਓ ਵਗੈਰਾ ਉਹ ਮਾ ਬਾਕਾਇਦਾ ਜਿਹੜਾ ਨਾ ਇਹ ਜਿਹੜੇ ਤੁਸੀਂ ਚਮਕ ਨੇ ਸੇਬ ਦਿਸਨੇ ਤੇ ਸਾਰੇ ਜਿਹੜੇ ਤੁਸੀਂ ਫਰੂਟ ਦਿਸਨੇ ਨਾ ਉਹ ਉਸਨੇ ਮੁਕਾਬਲੇ ਵਿੱਚ ਤੁਸੀਂ ਆਪਣਾ ਜਿਹੜਾ ਫਰੂਟ ਦਾ ਉਹ ਲਵਾਈ ਦੇਖਾ ਤਾਂ ਉਸ ਨਾਲ ਰੰਗ ਜਿਹੜਾ ਜਾਨ ਅਸਲੀ ਰੰਗ ਹੋ ਸੀ ਘੱਟ ਸੀ ਥੋੜ੍ਹਾ ਚਾਚਾ ਔਰ ਬਿਲਕੁਲ ਠੀਕ ਆ ਨੇ ਬੇਸ਼ੁਮਾਰ ਰਿਪੋਰਟਾਂ ਐਸੀਆਂ ਆਈਆਂ ਕਿ ਜਿਨ੍ਹਾਂ 'ਚ ਪਤਾ ਚੱਲਿਆ ਕਿ ਜਿਹੜੇ ਫਰੂਟ ਦੇ ਉਹਨਾਂ ਉੱਪਰ ਬਕਾਇਦਾ ਕੋਈ ਐਸਾ ਕੈਮੀਕਲ ਇਸਤੇਮਾਲ ਕੀਤਾ ਜਾਣਾ ਮਸ਼ੀਨਾਂ ਨਜ਼ਰੀਆ ਜਦੋਂ ਉਹਨੇ ਫਰੂਟ ਆ ਉਸੇ ਜਗ੍ਹਾ ਗੁਜ਼ਾਰਿਆ ਜਾਣਾ ਤਾਂ ਫਰੂਟ ਬੜਾ ਚਮਕਣਾ ਔਰ ਬੜਾ ਇਸ ਤਰ੍ਹਾਂ ਤੁਸੀਂ ਨਜ਼ਰੀਆ ਨਾ ਕਿ ਸ਼ਾਇਦ ਬਹੁਤ ਜ਼ਿਆਦਾ ਜਿਹੜਾ ਨਾ ਫੈਂਸੀ ਕਿਸਮ ਦਾ ਹਾਲਾਂਕਿ ਉਸਕਾ ਜਦੋਂ ਤੁਸੀਂ ਸਾਫ਼ ਕਰ ਲਿਓ ਉਸਕਾ ਜਦੋਂ ਤੁਸੀਂ ਧੋਤੇ ਨਹੀਂ ਕੋਸ਼ਿਸ਼ ਕਰ ਲਿਓ ਜਾਂ ਉਸਕਾ ਖੁੱਲ੍ਹੇ ਪਾਉਣੀ ਹੈ ਤੁਸੀਂ ਉਸੇ ਧੋ ਲਿਓ ਜਾਂ ਤੁਸੀਂ ਉਸਨੇ ਮੁਕਾਬਲੇ ਜਿਸ ਤਰ੍ਹਾਂ ਆਉਣੇ ਕਿ ਤੁਸੀਂ ਆਪਣਾ ਫਰੂਟ ਅਗਰ ਜਿਹੜਾ ਤੁਸੀਂ ਦੇਸੀ ਫਲ ਫਰੂਟ ਦਾ ਜਿਹੜਾ ਉਸਕਾ ਤੁਸੀਂ ਦੇਖ ਲਿਓ ਤਾਂ ਉਸ ਨਾਲ ਜ਼ਾਇਕਾ ਵੀ ਓਵਰਆਲ ਔਰ ਉਸਨੇ ਜਿਹੜੀ ਜਿਸ ਉਸ ਨਾਲ ਜਿਹੜਾ ਤੁਸੀਂ ਆਇਸ ਨੇ ਉਹ ਛਿਲਕਾ ਮੁਖਤਲਿਫ ਹੋਣਾ ਬਿਲਕੁਲ ਠੀਕ ਆ ਨੇ ਬਿਲਕੁਲ ਦੂਈ ਗੱਲ ਜਿਹੜੀ ਆ ਤੁਸੀਂ ਬੋਤਲ ਨਹੀਂ ਪਾਉਣੇ ਸਿਆ ਨਾ ਮੈਂ ਇਹ ਤੁਸੀਂ ਦੱਸਾਂ ਚਲੋ ਮੈਂ ਛੋੜਾ ਤੁਸੀਂ ਆਪ ਹੀ ਕਰਿਆ ਤੁਸੀਂ ਨਾ ਕੋਈ ਪੈਪ ਨਹੀਂ ਖੁੱਲ੍ਹਣਾ ਨਾ ਅਗਰ ਤੁਸੀਂ ਨਹੀਂ ਕੋਈ ਆ ਜਿਹੜੀ ਟੂਟੀ ਨਹੀਂ ਖੁੱਲ੍ਹਣੀ ਜੰਗ ਲਗਾ ਨਾਸ ਤਾਂ ਉਸ ਉੱਪਰ ਡੋਲੀ ਆਪ ਹੀ ਦੇਖੀ ਨਿਆ ਤਾਂ ਤੁਸੀਂ ਨਾ ਅੰਦਰ ਕਿਤਨਾ ਧੋਣ ਹੋਣਾ ਦਾ ਇੰਨੇ ਨਾਲ ਇਹ ਵੀ ਤੁਸੀਂ ਦੇਖੀ ਨਿਆ ਨਹੀਂ ਉਹ ਤਾਂ ਉਸੇ ਚੰਗਾ ਭਲਾ ਐਸਿਡ ਹੋਣਾ ਤੇਜ਼ਾਬ ਹੋਣਾ ਉਸੇ ਚੀਜ਼ ਟਾਈਪ ਨਾਲ ਤੁਸੀਂ ਆਈ ਸਕਦੇ ਹੋ ਜਿਹੜਾ ਬਕਾਇਦਾ ਬਲਕਿ ਤੁਸੀਂ ਥੋੜ੍ਹਾ ਬਹੁਤ ਵੀ ਅਗਰ ਕੋਲਡ ਡਰਿੰਕ ਜ਼ਮੀਨਾਂ ਉੱਪਰ ਗਿਰਾਈ ਨਹੀਂ ਕੁਛ ਕਰੋ ਉਸੇ ਤੁਸੀਂ ਤਾਂ ਉਹ ਜ਼ਮੀਨ ਉਤਨਾ ਤੁਸੀਂ ਉਬਲਿਆ ਨਜ਼ਰੀਆ ਚਲ ਔਰ ਇਸੇ ਤਰ੍ਹਾਂ ਜ਼ਾਰਾ ਤੁਸੀਂ ਜਿਸਮ ਨੇ ਅੰਦਰ ਗੱਛੀ ਵੀ ਇਸਨੇ ਜਿਹੜੇ ਨੁਕਸਾਨਾਤ ਦੇ ਉਹ ਐਸੇ ਨਹੀਂ ਮੈਂ ਜਿਹੜੀਆਂ ਗੱਲਾਂ ਬਣਾ ਸਾ ਇਸ ਨਾਲ ਇਹ ਨਹੀਂ ਕਿ ਤੁਸੀਂ ਜਦੀਦ ਚੀਜ਼ਾਂ ਛੋੜੀ ਦਿਆ ਸਹੀ ਹੈ
लेकिन कोई हद रखा सही है थोड़ी कहां बड़ा हर वक्त उस पीनिया हर वक्त कोई थोड़ा स्टैंडर्ड आना थोड़ा स्टेटस बनाया था संगत जी देखो कोई थोड़ा हद रखा ओ मैं आ कोई अच्छा एक और बड़ी आने भी होने है तू सहने जी सारा की छोड़ी पीछे गच्छा मैं एक अनानास के ए जड़ी सब्जी तुसे को लेनी जी 3 4 दिन लगी है दे इनी तो ताजी ताजी दिसनी जी ते इसने मुकाबले भी तुसे नहीं जड़ी अपनी सब्जी जी हो एक दिन थी ज्यादा ताजी नहीं दिसनी तो उसको गौर करा ना वजह के जी के इस पीछे के वजह जी ते ओ भी ता आखिर इंसान जे जड़े काश करने दे ते तुस भी इंसान ज्या सही है तुसे नहीं जिमियां बेलियां बैठी नहीं तुसे नहीं जा ना सारे खेत बेले दे तुस भी की करा ना मैं ए गल्ला नो ना से ना साना के तुस छोड़ी तरक्कियां ता अच्छी ता ओ की करा मैं अनास के कुछ तुस भी करा कोई सेहत ने बारे सोचा सेहतमंद सरगर्मियां करा ठीक ठीक टूरा फिरा एक्सरसाइज करो पैदल हूं कोई टूरना है नहीं सही मैं आई भी जा ना तुसे देखा उसी देर इसा गल्ला आई के मैं कोशिश करना हूं नास थोड़ा पैदल टूरा ठीक ठीक लोग की और करने वॉक करने उन्हें की ओकीदा वे थोड़ा बहुत जेड़े तुस घरा निकली बाजारा च ने बाजारा च कर गए ने ते ए करा जरूरी नहीं कि तू सुबह उठी है कुदा सड़क पर पौड़ी दौड़ने आवा एक दिन दौड़ा था 10 दिन दौड़ा है ना सही सही ओ वाह वाह थोड़ी फायदा नहीं ना यार एक रूटीन बना अपने अच्छा दुई गल एक और मैं देखी आजकल ने तुसे जे नौजवाने बीच एक चीज आई पूरी रात लगे ना ते जू ही सुते उठे ना टाइम आया था तुस सही रहने दे सुते ना भी ते जागे ना भी एक टाइम टेबल होना चाहिए बिल्कुल ठीक आने दसने के जड़ी दुनिया बड़ी रिसर्च हुई उस रिसर्च जड़े लोग सेहतमंद गिने गए या शुमार किए गए उन्होंने उसूल है कि वो राती बहुत सवेरे स्नान है और सुबह बहुत सवेरे उठने यकीनन एक बड़ी बुनियादी चीज़ ही और मैं जिन्हें लोगों इस चीज़ की आदत नहीं हो यकीनन उसमें बड़ा नुकसान है और ये ज़ाहिर है बड़ी ज़रूरी चीज़ ही और दसना कि रिज्क चूँकि रिज्क नहीं तकसीम सूरी निकले थी पहले उन्हें मौला अली फरमाया कि रिज्क नहीं तकसीम जड़ी हो सूरज निकलने तो पहले होनी और जड़े लोग सूरज निकलने तो पहले अपना हिस्सा मंगने की कोशिश करें या उस गल कोशिश करें उन्हें लभ ही नहीं जड़े सुते रहने तो फिर वो सुते रहने जा रहा है उसका नुकसान होना यकीन ने बड़ी खास गल अस अपन जड़िया ना ख्वाहिशा एक जरूरत होनी एक ख्वाहिश होनी जी तो जड़ी जी जरूरत उस हद तक तुसें कोशिश करनी चाहिए तो उस हद तक तुस मेहनत भी करा तो जड़ी जी ख्वाहिश तो ख्वाहिशें पिछे दौड़ने तुस असली चीज़ा छोड़ी तो तुस अगे निकली जाने तो बहरहाल काफ़ी टाइम हो गया तो मैं उन्हें सारे लोकें जेड़े माड़ी गल्लां सुनने होने जेड़े जेड़े नौजवान सुनने जेदे तक सुनने दे इतना अरसा नह साया तुसें ने जरिए नहीं ना तो भी दस रहे तुम फर भी आले होगे हाँ मैं ये सा कोशिश कर सा दुआ करा अल्लाह अल्लाह खैर करा कि तुस डराने के बदल बारिशा बहु होलियाँ पैसियाँ होलियाँ तो लोकें भी ख्याल रखना चाहना एहतियाती कि बल बारना तो हूँ छोड़ ही दिता लोकें ग्राएं ने लोग जड़े थे उन्हें अनाज क्योंकि बलने छलने ना भी ख्याल रखा तो कि नालियाँ शालियाँ जड़िया हूँ बनी नहीं इन्हें बिच भी गंद ना बा हैं सफाई रखा अपनी सेहत ना ख्याल रखा तुस माहौल ने सफाई ना ख्याल रखा ये अपने दुनिया ने हुकूक ना भी ख्याल रखा देखा बड़ी चीज देखा तुस अपने घर थी गंद काढ़ी तो तुस नहीं नालियों बिच फटने तो वह भी मसवाड़े नाले दे सही गल है तुस अपने घर थी गंद काढ़ी तो गलिया बिच फटने तो वह गली भी मसवाड़ी जी सही 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 साफ होल दे कुछ सही है अपना भी ख्याल रखा तो अपने इर्द गिर्द ना भी ख्याल रखा अनेरे ने अपना बहुत सारा ख्याल रखा है ठीक ठीक ते मैं बस यही है कि गलना बाय वास्ते चलो भाई मेहरबानी सारी शुक्रिया अदा करें माड़ी कमी महसूस की मैं उन्ने नहीं शुक्रगुजार जे सुनने कोला थी माजरत चाहना जिस के उन्हें कोई मैं जी पुरानी गल्ला भी मैं जी आम गल्ला भी जरा ना उन्हें कोई चंगी लगनी दियाँ जेदे जेदे माड़ी कोई सुनने बुझने आए दे इस प्रोग्राम जरा सड़ा तो उन्हें सारे को थी मैं माजरत चाहना तो उन्हें सारे को इजाजत चाहना फिर मुलाकात उसी तुसे नाल भी उन्हें सारे नाल भी
جلہ میرا خلاف ٹھیک ہے اللہ سننے والا اپنا خیال رکھا